ਅਸਲਾਮੁਅਲੈਕਮ ਜੀ, ਵਰਿਆਮ ਵਿਲੇਜ ਸੀਕਰੇਟ ਦੀ ਤਰਫੋਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅਤੇ ਅੱਲਾ ਦੇ ਕਰਮ ਨਾਲ ਅੱਜ ਦਾ ਵਲੋਗ ਕਰਨੇ ਹਾਂ ਸਟਾਰਟ। ਅਤੇ ਅੱਜ ਅਸੀਂ ਇਹ ਦੇਖੋ ਬੈਠੇ ਦੇ ਕਿੱਥੇ ਹਾਂ, ਇਹ ਹਰੀਆਂ ਮਿਰਚਾਂ ਦੇ ਵਿੱਚ ਅਸੀਂ ਬੈਠੇ ਦੇ ਜੇ ਇਹ ਚੈੱਕ ਕਰੋ, ਇਹ ਵੇਖੋ ਮਿਰਚਾਂ, ਵਾਹ ਜੀ ਵਾਹ, ਕਿਆ ਬਾਤ ਹੈ ਜੀ, ਮਿਰਚਾਂ ਚੰਗੀ ਚੰਗੀ ਤਗੜੀ ਮਿਰਚ ਹੈ, ਸਮਝ ਲਓ ਡਾਂਗਾਂ ਹੀ ਨੇ ਮਿਰਚਾਂ ਕਾਹਦੀਆਂ ਨੇ, ਠੀਕ ਹੈ। ਅਤੇ ਬੱਦਲ ਉੱਤੇ ਹੋ ਗਿਆ ਤਾਂ ਚੈੱਕ ਕਰੋ ਬੱਦਲ, ਅੱਲਾ ਖੈਰ ਹੀ ਕਰੇ, ਸਾਈਡਾਂ 'ਤੇ ਕਣਕਾਂ ਜਿਹੜੀਆਂ ਨੇ ਨਾ ਪੀਲੀਆਂ ਪੱਕੀ ਦੀਆਂ ਨੇ, ਅਤੇ ਮੌਸਮ ਕਾਫੀ ਖਰਾਬ ਹੋ ਗਿਆ ਹੈ। ਅਤੇ ਸੁਣਿਆ ਕਿ ਅੱਜ ਕੀ ਵਾਰ ਹੈ ਜੀ, ਅੱਜ ਸੁਣਿਆ ਅੱਜ ਜੁੰਮਾ ਨਾ, ਅਤੇ ਜੁੰਮਾ ਅਤੇ ਕੱਲ੍ਹ ਹਫ਼ਤਾ ਅਤੇ ਤਵਾਰ, ਤਵਾਰ ਨੂੰ ਮੇਰਾ ਖਿਆਲ ਕਹਿੰਦਾ ਕਿ ਜ਼ਿਆਦਾ ਪਰਸੈਂਟ ਬਾਰਿਸ਼ ਦੱਸੀ ਦੀ ਹੈ, ਅਤੇ ਕੱਲ੍ਹ ਥੋੜ੍ਹੀ ਹਲਕੀ ਹੈ। ਅਤੇ ਅੱਲਾ ਖੈਰ ਕਰੇ, ਕੋਈ ਨਹੀਂ, ਫਿਰ ਜੋ ਅੱਲਾ ਨੂੰ ਮਨਜ਼ੂਰ ਹੈ। ਅਤੇ ਬਾਕੀ ਫਸਲਾਂ ਤਿਆਰ ਨੇ, ਅਤੇ ਅਸੀਂ ਤੁਹਾਨੂੰ ਦਿਖਾਉਣ ਆਏ ਹਾਂ ਅੱਜ ਮਿਰਚਾਂ, ਕਿ ਜਿਹੜੀ ਹਰੀ ਮਿਰਚ ਹਰ ਮਸਾਲੇ 'ਚ ਹਰ ਸਬਜ਼ੀ 'ਚ ਇਸਤੇਮਾਲ ਕਰਦੇ ਹਨ, ਅਤੇ ਉਹ ਕਿਸ ਤਰ੍ਹਾਂ ਪੈਦਾ ਕੀਤੀਆਂ, ਅਤੇ ਉਹਨਾਂ ਦੀ ਕ੍ਰੀਏਸ਼ਨ ਕਿਸ ਤਰ੍ਹਾਂ ਹੁੰਦੀ ਹੈ ਐਗਰੀਕਲਚਰ। ਅੱਜ ਦਿਖਾਉਣਾ ਤੁਹਾਨੂੰ ਐਗਰੀਕਲਚਰ ਦੇ ਲਿਹਾਜ਼ ਨਾਲ ਮਿਰਚਾਂ, ਅਤੇ ਮਿਰਚਾਂ ਦਾ ਕਿੱਲੇ ਦੇ ਵਿੱਚ ਅਸੀਂ ਬਹਿ ਗਏ ਦੇ ਹਾਂ, ਅਤੇ ਸੋਹਣੀਆਂ ਉਹਨਾਂ ਖੇਲਾਂ ਪਾ ਕੇ ਮਿਰਚਾਂ ਲਾਈ ਦੀਆਂ ਨੇ, ਠੀਕ ਹੈ। ਅਤੇ ਜਿੱਤ ਇਹ ਤਕਰੀਬਨ ਹਜੇ ਫੁੱਲ ਪੈਣ ਦੇ ਨੇ, ਇਹ ਫੁੱਲ ਹੁੰਦੇ ਨੇ, ਇਹ ਦੇਖੋ ਇਹ ਵਾਈਟ ਕਲਰ ਦੇ ਜਿਹੜੇ ਹੁੰਦੇ ਨੇ ਨਾ ਫੁੱਲ ਨੇ, ਅਤੇ ਬਾਅਦ 'ਚ ਫੁੱਲ ਜਿਹੜਾ ਉਹ ਇਹ ਸ਼ਕਲ ਇਖਤਿਆਰ ਕਰਦਾ, ਇਹ ਦੇਖੋ ਇਹ ਇੰਨੀ ਕੁ ਮਿਰਚ ਬਣਦੀ ਹੈ, ਅਤੇ ਬਾਅਦ 'ਚ ਫਿਰ ਇਹਦਾ ਸਾਈਜ਼ ਵੱਧਦਾ ਜਾਂਦਾ, ਜੂ ਹੀ ਫਿਰ ਇਹਦਾ ਟਾਈਮ ਗੁਜ਼ਰਦਾ ਜਾਂਦਾ ਨਾ, ਵੱਧਦਾ ਜਾਂਦਾ। ਇਹ ਵੀ ਸੂਰਜ ਦੇ ਕਮਾਲ ਨੇ, ਜ਼ਿਆਦਾ ਸੂਰਜ ਦੀ ਰੋਸ਼ਨੀ ਇਹਨੂੰ ਬੜੀ ਲਾਜ਼ਮੀ ਚਾਹੀਦੀ ਹੈ, ਪਾਣੀ ਅਤੇ ਉਹ ਬਾਕੀ ਚੀਜ਼ਾਂ ਵੀ ਲਾਜ਼ਮੀ ਨੇ, ਪਰ ਸੂਰਜ ਦੀ ਰੋਸ਼ਨੀ ਵੀ ਹਰ ਫਸਲ ਵਾਸਤੇ ਲਾਜ਼ਮੀ ਹੁੰਦੀ ਹੈ, ਠੀਕ ਹੈ। ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਜੀ ਮਿਰਚਾਂ, ਇਹ ਦੇਖੋ ਮੇਰੇ ਪਿੱਛੇ ਲੱਗੀ ਦੀਆਂ ਨੇ ਪੂਰਾ ਕਿੱਲਾ ਮਿਰਚਾਂ ਦਾ, ਅਤੇ ਜਿਹੜਾ ਬੂਟੇ 'ਤੇ ਨਜ਼ਰ ਮਾਰੀਏ ਨਾ ਉਹ ਬੂਟਾ ਲੱਦਿਆ ਦਾ ਮਿਰਚਾਂ ਨਾਲ, ਅਤੇ ਇਹ ਇੱਕ ਵਾਰੀ ਬੀਜਣ ਦੀ ਦੇਰ ਹੁੰਦੀ ਹੈ, ਬਾਅਦ ਦੇ ਵਿੱਚ ਇਹਨੂੰ ਤੋੜਦੇ ਰਹੋ ਅਤੇ ਮੰਡੀ ਸੁੱਟਦੇ ਰਹੋ, ਐਸੀ ਫਸਲ ਹੈ ਇਹ 'ਚ ਇੰਨਾ ਫਾਇਦਾ, ਘਰ ਇਸਤੇਮਾਲ ਕਰੋ ਅਤੇ ਭਾਵੇਂ ਇਹਨੂੰ ਮੰਡੀ ਸੁੱਟੋ, ਅਤੇ ਇਹ ਬੜੀ ਜ਼ਬਰਦਸਤ ਚੀਜ਼ ਹੈ, ਕਿਉਂਕਿ ਇਹ 6 ਮਹੀਨੇ ਦੇ ਤੂੰ ਤੋੜਦੇ ਰਹੋ ਲੱਗਦੀਆਂ, ਰੋਜ਼ਾਨਾ ਦੀ ਬੁਨਿਆਦ 'ਤੇ ਲੱਗਦੀਆਂ ਨੇ, ਠੀਕ ਹੈ। ਹੁਣ ਤੁਹਾਨੂੰ ਇੱਕ ਇਹ ਕਿੱਲਾ ਅਤੇ ਇੱਕ ਅਸੀਂ ਦੂਸਰਾ ਕਿੱਲਾ ਦਿਖਾਉਣਾ ਜੀ, ਉੱਥੇ ਮਿਰਚਾਂ ਵੀ ਲਾਈ ਦੀਆਂ ਨੇ ਉਹਨਾਂ ਨੇ, ਅਤੇ ਪਿਆਜ਼ ਵੀ ਲਾਇਆ ਦਾ, ਅਤੇ ਹੋਰ ਵੀ ਕੁਛ ਲਵਾਇਆ ਦਾ, ਜੋ ਵੀ ਲਾਇਆ ਦਾ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਨਾਲੇ ਦੇਖਦੇ ਹਾਂ ਕੀ ਲਾਇਆ ਦਾ ਉੱਥੇ, ਡੰਡੇ ਛੰਡੇ ਬੜੇ ਗੱਡੇ ਨੇ, ਆਓ ਦੇਖਦੇ ਹਾਂ। ਅਤੇ ਇਹ ਵੇਖੋ ਗੰਢਾ, ਇਹ ਵੇਖੋ ਗੰਢੇ ਦਾ ਸਾਈਜ਼ ਚੈੱਕ ਕਰੋ ਜੀ, ਵੇਖੋ ਪਿਆਜ਼, ਵਾਹ ਜੀ ਵਾਹ, ਆਓ ਜੀ ਦੇਖੀਏ ਭਲਾ ਕੀ ਲੱਗਾ, ਬਰਫ ਗੋਲਾ ਦਾਲਾ ਭਾਰੀ, ਠੀਕ ਹੈ। ਤੇ ਆ ਜਾਓ ਤੇ ਤੂੰ ਹਰ, ਵਾਹ ਜੀ ਵਾਹ, ਮਾਸ਼ਾਅੱਲਾ ਜੀ, ਚੈੱਕ ਕਰੋ ਜੀ ਮਿਰਚ, ਹਰੀਆਂ ਮਿਰਚਾਂ, ਵਾਹ, ਬੜਾ ਫਲ ਲੱਗਾ ਦਾ ਯਾਰ ਹਰੀਆਂ ਮਿਰਚਾਂ ਨੂੰ, ਜਿੱਦਣ ਨੂੰ ਸਾਡਾ ਕੈਮਰਾ ਜਾਣ ਡਿਆ ਨਾ, ਮਿਰਚਾਂ ਹੀ ਮਿਰਚਾਂ ਜੇ ਹੈ। ਇਹ ਦੇਖੋ, ਇਹ ਦੇਖੋ ਜੀ ਮਿਰਚਾਂ ਦਾ ਇੱਕ ਕਿੱਲਾ ਲੱਗਾ ਦਾ, ਬੜੀ ਤਰਤੀਬ ਨਾਲ ਖੇਲਾਂ ਛੇਲਾਂ ਲਾ ਕੇ ਉਹਨਾਂ ਨੇ, ਅਤੇ ਕਿੱਡਾ ਕਿੱਡਾ ਬੂਟਾ ਹੋ ਗਿਆ ਤਾ ਮਿਰਚਾਂ ਦਾ, ਅਤੇ ਮਿਰਚ ਵੀ ਬੜੀ ਬੜੀ ਤਗੜੀ ਲੱਗੀ ਦੀ ਹੈ, ਬੜੀ ਬੜੀ ਤਗੜੀ ਮਿਰਚ ਹੈ, ਵਿੱਚ ਦੋ ਹੀ ਖੇਲਾਂ ਜਿਹੜੀਆਂ ਨੇ ਨਾ ਪਿਆਜ਼ ਦੀਆਂ ਲਾਈ ਦੀਆਂ ਨੇ, ਠੀਕ ਹੈ। ਇਹ ਦੇਖੋ ਜੀ ਪੂਰਾ ਕਿੱਲਾ ਹੀ ਤਕਰੀਬਨ ਮਿਰਚਾਂ ਦਾ ਲੱਗਾ ਦਾ, ਅਤੇ ਸੋਹਣੀਆਂ ਮਿਰਚਾਂ ਨੇ,
ਆਹ ਦੇਖੋ, ਆਹ ਦੇਖੋ, ਚੰਗੀ ਚੰਗੀ ਤਗੜੀ ਮਿਰਚ ਆ ਜੀ। ਕਾਲਾ ਹੋ ਗਿਆ ਮੌਸਮ ਕਾਫੀ ਜਿਹੜਾ ਨਾ ਖਰਾਬ ਹੋਣ ਡਿਆ, ਤੇ ਕਾਲਾ ਬੱਦਲ ਨਜ਼ਰ ਆਉਣ ਡਿਆ, ਮੋਬਾਈਲ ਤੇ ਚਿੱਟਾ ਦਿਖਾਉਣ ਡਿਆ ਜੇ, ਵੈਸੇ ਕਾਲਾ ਹੋ ਗਿਆ। ਤੇ ਇਹ ਪਿਆਜ਼ ਲੱਗਾ ਦਾ ਜੀ, ਇਹ ਦੇਖੋ, ਇਹ ਦੇਖੋ, ਪਿਆਜ਼ ਦੀ ਐਡੀ ਕੋਈ ਸਫਾਈ ਨਹੀਂ ਕੀਤੀ ਦੀ, ਘਾਹ ਕੱਢਣ ਵਾਲਾ ਹੁਣ ਜੀ, ਪਰ ਪਿਆਜ਼ ਬਿਲਕੁਲ ਰੈਡੀ ਹੋ ਗਿਆ ਤਾ। ਪਿਆਜ਼ ਵੀ ਦੇਖੋ ਜੀ, ਮਿਰਚਾਂ ਮਾਸ਼ਾਅੱਲਾ ਜੀ ਸੋਹਣੀਆਂ ਮਿਰਚਾਂ ਨੇ, ਇਹ ਦੇਖੋ, ਇਹ ਵੀ ਮਿਰਚਾਂ ਇੱਕ ਸਾਈਡ ਤੇ ਲਾਈ ਦੀਆਂ ਨੇ। ਬਹੁਤ ਸ਼ੁਕਰੀਆ ਜੀ, ਅੱਲਾ ਹਾਫਿਜ਼।